ਇੱਕ ਮੁਕੱਦਮਾ ਦਰਜ ਹੋਇਆ ਸੀ 45/2024 ਮਿਤੀ 19 ਮਈ 2024 ਨੂੰ। ਇਹ ਮੁਕੱਦਮਾ ਦਰਜ ਹੋਇਆ ਸੀਗਾ 457 ਅਤੇ 380 IPC ਦੇ ਵਿੱਚ। ਇਹਦੇ ਵਿੱਚ ਇੱਕ ਜਿਹੜਾ ਸ਼ੈਲਰ ਹੈਗਾ ਛਾਬੜਾ ਰਾਈਸ ਮਿੱਲ, ਜਿਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ ਸਨ ਆਫ ਵਿਜੇ ਕੁਮਾਰ, ਰਹਿਣ ਵਾਲੇ ਗਾਂਧੀ ਨਗਰ ਦੇ ਨੇ, ਉਹਨਾਂ ਵੱਲੋਂ ਬਿਆਨ ਦੇਣ 'ਤੇ ਚੋਰੀ ਦੇ ਸੰਬੰਧ ਮਸਲਾ FIR ਰਜਿਸਟਰ ਹੋਈ ਸੀ। ਇਹ ਮੁਕੱਦਮੇ ਨੂੰ ਟਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ ਵੱਖ ਟੀਮਾਂ ਬਣਾਈ ਗਈਆਂ ਉਹਨੂੰ ਟਰੇਸ ਕੀਤਾ ਅਤੇ ਟਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ। ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸਫਲਤਾ ਮਿਲੀ ਉੱਥੇ ਨਹੀਂ ਪੁਲਿਸ ਰੁਕੀ, ਉਸ ਤੋਂ ਅੱਗੇ ਵੀ ਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਦੇ ਉੱਤੇ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ, ਜਿਨ੍ਹਾਂ ਦਾ ਇਹ ਗੈਂਗ ਸੀਗਾ ਅਤੇ ਵੱਖ ਵੱਖ ਜਗ੍ਹਾ 'ਤੇ ਚੋਰੀਆਂ ਕਰਦਾ ਸੀ। ਇਹਨਾਂ ਦਾ ਮੋਡਸ ਓਪਰੈਂਡੀ ਸੀਗਾ ਵੀ ਇਹਨਾਂ ਦੇ ਵਿੱਚੋਂ 1 ਜਾਂ 2 ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ, ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ, ਜਿਵੇਂ ਸ਼ੈਲਰ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ, ਠਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਤਿਆਰ ਕਰਕੇ ਉੱਥੇ ਕਾਰਵਾਈ ਪਾਉਂਦਾ ਸੀ। ਇਹਦੇ 'ਚ ਹੁਣ ਤੱਕ ਕੁੱਲ ਜਿਹੜੇ 6 ਦੋਸ਼ੀ ਗ੍ਰਿਫਤਾਰ ਹੋਏ ਨੇ, ਉਸ ਤੋਂ ਇਲਾਵਾ 3 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਰ ਬਾਕੀ ਹੈ, ਜਿਹੜੇ ਕਿ ਉਹ ਵੀ ਟਰੇਸ ਹੋ ਚੁੱਕੇ ਨੇ ਅਤੇ ਉਹ ਵੀ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਨੇ, ਉਹਨਾਂ ਦੀ ਗ੍ਰਿਫਤਾਰੀ ਜਲਦ ਕੀਤੀ ਜਾਊਗੀ। 18-19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀਗੀ ਉਹਦੇ ਵਿੱਚ 305 ਬਾਸਮਤੀ ਦੇ ਗੱਟੇ ਚੋਰੀ ਹੋਏ ਸੀਗੇ। 105 ਸੀਗੇ ਉਹ 30 ਕਿਲੋ ਵਾਲੇ ਸੀ ਗੱਟੇ, ਅਤੇ ਬਾਕੀ 200 ਗੱਟੇ ਸੀਗੇ ਉਹ 50 ਕਿਲੋ ਵਾਲੇ ਸੀਗੇ। ਉਹ ਗੱਡੀਆਂ ਜਿਹੜੀਆਂ ਉਹ ਵੀ ਰਿਕਵਰ ਹੋ ਗਈਆਂ, 2 ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ, ਅਤੇ ਜਿਹੜੀ ਚੋਰੀ ਹੋਏ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ, ਉਹ ਵੀ ਰਿਕਵਰ ਹੋ ਗਏ। ਹਾਂਜੀ ਸਰ, ਫਾਜ਼ਿਲਕਾ ਤੋਂ ਆਏ ਹੋ ਪੁਲਿਸ, ਕੀ ਕੀ ਚੱਕਰ ਹੈ ਕਿੱਧਰ? ਹਾਂਜੀ ਕੋਈ ਗੱਲ ਨੀ ਭਾਜੀ, ਹਾਂਜੀ ਛੋਟੇ ਦੀ ਰਿਕਮੈਂਡ।